ਤੁਸੀਂ ਦੇਖ ਰਹੇ ਹੋ APN ਲਾਈਵ। ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਸਭ ਲੁਧਿਆਣਾ ਦੇ ਸ਼ਿਮਲਾਪੁਰੀ ਨਿਊ ਪ੍ਰੀਤਨਗਰ ਚਿਮਨੀ ਰੋਡ ਗਲੀ ਨੰਬਰ 7 ਦੀਆਂ ਹਨ, ਜਿੱਥੇ ਇੱਕ ਕੁੱਤੇ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਅਕਤੀ ਨੂੰ ਰੰਗੇ ਹੱਥੀ ਪਕੜ ਲਿਆ ਹੈ ਅਤੇ ਪੁਲਿਸ ਵਾਲੇ ਕਰ ਦਿੱਤਾ ਗਿਆ ਹੈ। ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਡੂਗੀ ਦੀ ਜਦੋਂ ਆਵਾਜ਼ ਆ ਰਿਹਾ, ਡੂਗੀ ਦੇ ਬੰਦਾ ਉਹਦਾ ਮੂੰਹ ਘੁੱਟ ਕੇ ਉਹਦਾ ਧੱਕਾ ਕਰ ਰਿਹਾ। ਵੀਡੀਓ 'ਚ ਵੀ ਜਿਹੜੀ ਮੈਂ ਵੀਡੀਓ ਬਣਾਈ ਉਹ 'ਚ ਵੀ ਦੇਖ ਰਿਹਾ ਕਿ ਉਹਨਾਂ ਧੱਕਾ ਕਰ ਰਿਹਾ, ਉਹਦਾ ਮੂੰਹ ਮਾਂ ਲੱਤਾਂ ਲੁੱਤਾਂ ਫੜ ਕੇ ਧੱਕੇ ਨਾਲ ਲੱਗਿਆ ਹੋਇਆ। ਮੈਂ ਵੀਡੀਓ ਬਣਾ ਕੇ ਜਦੋਂ ਮੈਂ ਇਹਨੂੰ ਕਿਹਾ ਵੀ ਤੂੰ ਆ ਗਲਤ ਕੰਮ ਕਰਦਾ, ਮੈਂ ਇੰਨਾ ਕੱਪੜੋ ਕੱਪੜੀ ਹੋਇਆ ਤਾਂ ਇਹ ਬੰਦਾ ਮੈਨੂੰ ਧੱਕਾ ਮਾਰ ਕੇ ਬਾਹਰ ਨਿਕਲ ਗਿਆ। ਜਗਤਾਰ ਸਿੰਘ ਜੀ ਮੇਰਾ ਨਾਮ। ਕੀ ਮਾਮਲਾ ਹੋਇਆ ਜੀ? ਮਾਮਲਾ ਹੋਇਆ, ਅਸੀਂ ਮੈਰਿਜ 'ਤੇ ਗਏ ਹੋਏ ਸੀ ਪੂਰੀ ਫੈਮਿਲੀ, ਬਾਅਦ ਵਿੱਚ ਡੋਗੀ ਇਕੱਲਾ ਘਰੇ ਸੀ, ਉਸਨੂੰ ਇਹਨੇ ਇਕੱਲਾ ਪਾਇਆ, ਕੰਧ ਟੱਪ ਕੇ ਸਾਡੇ ਘਰੇ ਆਇਆ ਅਤੇ ਗਲਤ ਕੰਮ ਸ਼ੁਰੂ ਕਰ ਲਿਆ। ਮੇਰਾ ਚਾਚਾ ਜੀ ਦਾ ਲੜਕਾ ਘਰ ਹੀ ਸੀ, ਜਿਹਨੇ ਆਵਾਜ਼ ਸੁਣੀ ਡੋਗੀ ਦੀ, ਉਹ ਰੂਮ 'ਚ ਦੇਖਿਆ, ਬਾਹਰੋਂ ਹੀ ਉਹਨੇ ਲੁੱਕ ਕੇ ਵੀਡੀਓ ਬਣਾਈ ਅਤੇ ਉਸ ਟਾਈਮ ਇਹ ਗਲਤ ਕੰਮ ਕਰ ਰਿਹਾ ਸੀ ਡੋਗੀ ਦੇ ਨਾਲ। ਅੱਛਾ, ਇਹ ਡੋਗੀ ਤੁਸੀਂ ਇੱਦੀ ਖੁੱਲ੍ਹਾ ਛੱਡ ਦਿੰਦੇ ਹੋ, ਅੱਗੇ ਵੀ ਇੱਦੀ ਰਹਿੰਦੇ ਮਤਲਬ? ਐਕਚੁਅਲੀ ਘਰ ਦੇ ਵਿੱਚ ਅਸੀਂ ਬਸ ਦਰਵਾਜ਼ਾ ਬੰਦ ਕਰ ਲੈਂਦੇ ਹਾਂ, ਖੁੱਲ੍ਹਾ ਹੀ ਰਹਿੰਦਾ ਅਤੇ ਡੋਗ ਕਿਸੇ ਨੂੰ ਕੱਟਦਾ ਵੜਦਾ ਨਹੀਂ, ਕਿਉਂਕਿ ਅਸੀਂ ਬਹੁਤ ਰੱਖਿਆ ਹੋਇਆ ਪਿਆਰ ਦੇ ਨਾਲ। ਡੋਗੀ ਤੁਹਾਡਾ ਅੱਗੇ ਵੀ ਇਹਨਾਂ ਦੇ ਨਾਲ ਅਕਸਰ ਕਰੇ? ਨਹੀਂ 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 ਬਿਲਕੁਲ ਨਹੀਂ, ਕੋਈ ਇੱਦਾਂ ਦੇ ਘਰੇ ਇਹਨਾਂ ਦਾ ਆਉਣਾ ਜਾਣਾ ਨਹੀਂ ਸੀ ਜਾਂ ਕੋਈ ਇੱਦਾਂ ਦਾ, ਪਹਿਲਾਂ ਕੋਈ ਸਾਨੂੰ ਖਬਰ ਨਹੀਂ ਸੀ, ਫਸਟ ਟਾਈਮ ਹੀ ਅਸੀਂ ਇਹ ਚੀਜ਼ ਨੋਟ ਕੀਤੀ ਹੈ। ਕੀ ਲੱਗਦਾ ਨਹੀਂ ਅੱਜ ਕਿ ਤਾੜ ਤਾੜ ਕਰਨ ਵਾਲਾ ਕੰਮ ਹੋ ਗਿਆ, ਕਿ ਜਿਹੜਾ ਇੱਕ ਜਿੱਦਾਂ ਕਹਿ ਸਕਦੇ ਕਿ ਰਿਸ਼ਤੇ ਤਾਂ ਅੱਗੇ ਤਾੜ ਤਾੜ ਸੁਣਦੇ ਸੁਣੇ ਹੀ ਸੀਗੇ, ਕਿ ਅੱਜ ਇਨਸਾਨੀਅਤ ਵੀ ਖਤਮ? ਬਿਲਕੁਲ ਇਨਸਾਨੀਅਤ, ਤਾੜ ਤਾੜ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੀ ਹਾਲਾਤ ਹੋ ਰਹੇ ਆ। ਆਪਾਂ ਜੇ ਅੱਜ ਕੱਲ੍ਹ ਡੋਗੀ ਨਹੀਂ ਸੇਫ ਹੈਗੇ, ਐਨੀਮਲ ਨਹੀਂ ਸੇਫ ਨਹੀਂ, ਤਾਂ ਬੱਚਿਆਂ ਦੇ ਆਪਾਂ ਕੀ ਵਿਸ਼ਵਾਸ ਕਰਾਂਗੇ? ਤਾਂ ਹੁਣ ਮਹੱਲੇ ਦੇ ਵਿੱਚ ਧੀਆਂ ਭੈਣਾਂ ਵਾਲਾ ਜਿਵੇਂ ਕਹਿ ਲਓ ਕਿ ਹਰ ਇੱਕ ਘਰ ਦੇ ਬਿਲਕੁਲ 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 ਕੱਲ੍ਹ ਨੂੰ ਅਗਰ ਇਹ ਕਿਸੇ ਹੋਰ ਧੀ ਭੈਣਾਂ ਵੀ ਇੱਦਾਂ ਦਾ ਕੰਮ ਕਰ, ਇਸੇ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਕੜੀ ਤੋਂ ਕੜੀ ਸਜ਼ਾ ਮਿਲੇ ਅਤੇ ਅੱਗੇ ਤੋਂ ਸਭ ਨੂੰ ਕੰਨ ਹੋਣ ਵੀ ਆਪਾਂ ਇੱਦਾਂ ਦਾ ਕੰਮ ਨਹੀਂ ਕਰਨਾ। ਮੇਰਾ ਨਾਮ ਵੀਰੇ ਗੁਰਜੀਤ ਸਿੰਘ। ਅੱਛਾ, ਤੁਸੀਂ ਵੀਡੀਓ ਬਣਾਈ ਸੀ? ਹਾਂਜੀ ਵੀਰੇ, ਮੈਂ ਬਣਾਈ। ਮੈਂ ਬਾਥਰੂਮ 'ਚ ਨਹਾ ਰਿਹਾ ਸੀ ਤਾਂ ਅਚਾਨਕ ਮੈਂ ਸੁਣਿਆ ਕਿ ਸਾਡਾ ਡੋਗੀ ਬਹੁਤ ਆਵਾਜ਼ ਕਰਨ ਲੱਗਿਆ, ਅਤੇ ਮੈਂ ਇੱਕਦਮ ਬਾਥਰੂਮ 'ਚੋਂ ਨਿਕਲ ਕੇ ਬਾਹਰ ਆਇਆ ਵੀ ਡੋਗੀ ਆਵਾਜ਼ ਕਿਉਂ ਕਰਨ ਲੱਗਿਆ, ਅਤੇ ਡੋਗੀ ਦੀ ਜਦੋਂ ਆਵਾਜ਼ ਸਾਇਲੈਂਟ ਹੋ ਗਈ ਤਾਂ ਇਹ ਬੰਦਾ ਉਹਦਾ ਮੂੰਹ ਘੁੱਟ ਕੇ ਉਹਨਾਂ ਧੱਕਾ ਕਰ ਰਿਹਾ ਸੀ। ਵੀਡੀਓ 'ਚ ਵੀ ਜਿਹੜੀ ਮੈਂ ਵੀਡੀਓ ਬਣਾਈ ਉਹ 'ਚ ਵੀ ਦੇਖ ਰਿਹਾ ਕਿ ਉਹਨਾਂ ਧੱਕਾ ਕਰ ਰਿਹਾ, ਉਹਦਾ ਮੂੰਹ ਮਾਂ ਲੱਤਾਂ ਲੁੱਤਾਂ ਫੜ ਕੇ ਧੱਕੇ ਨਾਲ ਲੱਗਿਆ ਹੋਇਆ। ਅਤੇ ਮੈਂ ਵੀਡੀਓ ਬਣਾ ਕੇ ਜਦੋਂ ਮੈਂ ਇਹਨੂੰ ਕਿਹਾ ਵੀ ਤੂੰ ਆ ਗਲਤ ਕੰਮ ਕਰਦਾ, ਮੈਂ ਇੰਨਾ ਥਪੜੋ ਥਪੜੀ ਹੋਇਆ ਤਾਂ ਇਹ ਬੰਦਾ ਮੈਨੂੰ ਧੱਕਾ ਮਾਰ ਕੇ ਬਾਹਰ ਨਿਕਲ ਗਿਆ, ਅਤੇ ਜਦੋਂ ਮੈਂ ਇਹਨੂੰ ਕਿਹਾ ਤਾਂ ਇਹਦੀ ਮਾਂ ਮੇਰੇ ਗਲ ਪੈ ਗਈ ਅਤੇ ਉਲਟਾ ਇਹ ਕਿਹਾ ਗਿਆ ਕਿ ਇਹ ਤਾਂ ਪਿਆਰ ਕਰਦਾ ਕੁੱਤੇ ਨੂੰ, ਇਹ ਦੱਸੋ ਇਹ ਕੈਸਾ ਪਿਆਰ ਹੈ। ਗਲੀ 'ਚ ਹੋਰ ਵੀ ਲੋਕਾਂ ਦੀਆਂ ਧੀਆਂ ਬਣਾ ਰਹਿੰਦੀਆਂ ਨੇ, ਸਭ ਸਪਸ਼ਟ ਦਿਖਾਈ ਦੇ ਰਿਹਾ, ਸਭ ਸਪਸ਼ਟ ਹੋ ਰਿਹਾ, ਪਿਆਰ ਤਾਂ ਹੈ ਨਹੀਂ ਵੀ ਇਹ ਕਿਹੜਾ ਪਿਆਰ ਕਰ ਰਿਹਾ, ਇਹ ਤਾਂ ਇਹਨੂੰ ਪੁੱਛੋ ਨਾ, ਇਹਨੂੰ ਹੁਣ ਪੁਲਿਸ ਪ੍ਰਸ਼ਾਸਨ ਪੁੱਛੇ ਵੀ ਇਹ ਕਿਹੜਾ ਪਿਆਰ ਕਰਦਾ ਪਿਆ। ਕਿੱਦਾਂ ਦਾ ਉਦੋਂ ਮਹੱਲੇ 'ਚ ਰਹਿੰਦਾ ਬੰਦਾ? ਭਾਜੀ ਬੰਦਾ ਤਾਂ ਆਪਾਂ ਦਾ ਇੰਨਾ ਮਿਲਵਰਤਨ ਹੈ ਨਹੀਂ, ਨਾ ਤਾਂ ਵੀ ਸਾਡੀ ਕੁੱਤੀ ਵੀ ਇੰਨਾ ਜਾਂਦੀ ਸੀ ਨਾ ਹੁੰਦੀ ਸੀ, ਤੁਹਾਡੇ ਸਾਹਮਣੇ ਆ ਗਈ, ਬਾਕੀ ਤੁਹਾਡੇ ਸਾਹਮਣੇ ਵੀਡੀਓ 'ਚ ਹੀ ਆ ਗਿਆ ਵਾ ਵੀ ਕਿੱਦਾਂ ਦਾ ਬੰਦਾ, ਕਿੱਦਾਂ ਦਾ ਨਹੀਂ, ਉਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੁਣ ਸਭ ਕੁਝ। ਬਿਲਕੁਲ ਨਹੀਂ ਸੋਚਿਆ ਨਹੀਂ ਸੀ ਅਸੀਂ, ਸਗੋਂ ਸਾਡੇ ਬਿਲਕੁਲ ਗੁਆਂਢੀ ਨੇ, ਅਸੀਂ ਤਾਂ ਇਹ ਆਸ ਰੱਖ ਕੇ ਗਏ ਸੀ ਵੀ ਘਰ ਸਾਡਾ ਸੇਫ ਰਹੇਗਾ ਬਾਅਦ ਦੇ ਵਿੱਚ, ਬਟ ਸੇਫ ਤਾਂ ਛੱਡੋ, ਤੁਸੀਂ ਤੁਹਾਡੇ ਸਾਹਮਣੇ ਆ ਗਿਆ ਵੀ ਕੀ ਸੇਫ ਆ, ਅੱਗੇ ਤੋਂ ਗੁਆਂਢੀਆਂ ਤੋਂ ਆਪਾਂ ਕੀ ਆਸ ਰੱਖਾਂਗੇ ਜਾਂ ਮਹੱਲੇ ਦੇ ਵਿੱਚ ਕੀ ਆਸ ਰੱਖਾਂਗੇ ਵੀ ਜਵਾਕ ਤਾਂ ਆਪਾਂ ਕੀ ਛੱਡਨੇ ਆ, ਆਪਾਂ ਜਾਨਵਰ ਵੀ ਨਹੀਂ ਛੱਡ ਸਕਦੇ ਘਰ ਦੇ ਵਿੱਚ ਇਕੱਲੇ ਆ। ਜਰਮਨ ਸ਼ੈਫਰਡ ਅਤੇ ਉਹ ਵਿਚਾਰੀ ਇੰਨੀ ਕੁ ਮਾਸੂਮ ਹੈ, ਐਡੀ ਕੁ ਭੋਲੀ, ਇੰਨੀ ਕੁ ਪਿਆਰੀ ਹੈ, ਕਿਸੇ ਨੂੰ ਕੁਛ ਕਹਿੰਦੀ ਨਹੀਂ, ਅਤੇ ਇਹਨਾਂ ਦਾ ਇੱਕ ਗੁਆਂਢੀ ਹੈ ਰੋਹਿਤ, ਰੋਹਿਤ ਨਾਮ ਦਾ ਲੜਕਾ, ਉਹ ਇਹ ਕਿਤੇ ਬਾਹਰ ਗਏ ਹੋਏ ਸੀ, ਪਿੱਛੋਂ ਇਹਨਾਂ ਦਾ ਬ੍ਰਦਰ ਦਾ ਬੇਟਾ ਘਰੇ ਸੀਗਾ, ਇਹ ਕਿਤੇ ਕੋਠੇ ਤੋਂ ਟੱਪ ਕੇ ਆਇਆ ਹੋਣਾ ਅਤੇ ਆ ਕੇ ਉਹ ਇਕੱਲੀ ਵਿਚਾਰੀ ਕਮਰੇ ਦੇ ਵਿੱਚ ਬੈਠੀ ਸੀ, ਅਤੇ ਇਹਨੇ ਆ ਕੇ ਉਹਦੇ ਨਾਲ ਜਿੰਨਾ ਵੀ ਹੈ ਮਤਲਬ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਰੇਪ ਕਰ ਰਿਹਾ ਸੀ ਰੰਗੇ ਹੱਥੀ, ਅਤੇ ਜਦੋਂ ਉਹਨੇ ਟੱਪ ਗਏ ਉਹਨਾਂ ਦੇ ਘਰ ਦੇ ਵਿੱਚ ਹੀ? ਬਿਲਕੁਲ ਬਿਲਕੁਲ ਜੀ, ਬਿਲਕੁਲ ਨਾਲ ਦਾ ਘਰ ਹੈ ਇਹਨਾਂ ਦਾ ਪਤਾ ਲੱਗਿਆ, ਅਤੇ ਬਿਲਕੁਲ ਉਹ ਕਰ ਰਿਹਾ ਸੀ, ਇੱਕੋਦਮ ਹੀ ਇਹਨਾਂ ਦਾ ਚਾਚੇ ਬ੍ਰਦਰ ਦਾ ਬੇਟਾ ਆਇਆ, ਉਹਨੇ ਦੇਖਿਆ, ਉਹਨੇ ਫਟਾਫਟ ਫੋਨ ਕੱਢ ਲਿਆ, ਉਹ ਤਾਂ ਕੁਦਰਤੀ ਫੋਨ 'ਚ ਕੈਦ ਹੋ ਗਿਆ, ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਸੀ। ਹੋਰ ਵੀ ਪਤਾ ਨਹੀਂ ਕਿੰਨੇ ਕੁ ਸਟ੍ਰੇ ਡੋਗਸ ਨਾਲ ਇਹ ਇੱਦਾਂ ਦੇ ਕੋਈ ਕਰਮ ਕਰ ਚੁੱਕਾ,
ਇਹੋ ਜਿਹੀਆਂ ਕਈ ਹਰਕਤਾਂ ਜਦੋਂ ਸਾਨੂੰ ਹੁਣ ਪਤਾ ਲੱਗਿਆ ਵੀ ਇੱਕ ਪਹਿਲੀ ਹੁਣ ਨਹੀਂ ਹੋਣੀ, ਇਹ ਜੇ ਅੱਜ ਫੜਿਆ ਗਿਆ ਪਤਾ ਨਹੀਂ ਕਿੰਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਪਤਾ ਹੀ ਨਹੀਂ ਲੱਗੀਆਂ। ਦੇਖੋ ਇੱਕ ਬੇਜ਼ੁਬਾਨ ਆ, ਉਹ ਬੋਲ ਕੇ ਦੱਸ ਨਹੀਂ ਸਕਦਾ, ਉਹਦੇ ਨਾਲ ਕੀ ਹੋਣਾ, ਇਹਨੇ ਤਾਂ ਆਪਣਾ ਫਾਇਦਾ ਚੱਕਦਾ ਵੀ ਉਹਦੇ ਨਾਲ ਇਹੋ ਜਿਹੇ ਗਲਤ ਕੰਮ ਕਰਕੇ ਵੀ ਉਹ ਕਿਹੜਾ ਬੋਲ ਸਕਦਾ, ਉਹ ਕਿਹੜਾ ਦੱਸ ਸਕਦਾ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ। ਇਹੋ ਜਿਹੇ ਕਈ ਗਲਤ ਕੰਮ ਇਹਨੇ ਕੀਤੇ ਹੋਣੇ ਆ, ਅਤੇ ਮੈਂ ਤਾਂ ਇਹ ਵੀ ਕਹਾਂਗਾ ਇਹ ਮੁਹੱਲੇ ਦੇ ਵਿੱਚ ਜਿਹੜੇ ਇਨਸਾਨੀਅਤ ਸ਼ਰਮਸਾਰ ਹੋ ਗਈ, ਬਹੁਤ ਜ਼ਿਆਦਾ ਸ਼ਰਮਸਾਰ ਹੋਈ ਹੈ ਜੀ ਇਨਸਾਨੀਅਤ। ਮੈਂ ਕਹਿੰਦਾ ਇਸ ਮੁਹੱਲੇ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਛੋਟੀਆਂ ਬੱਚੀਆਂ ਨੇ ਉਹ ਵੀ ਸੇਫ ਨਹੀਂ ਹੈਗੀਆਂ। ਜੇ ਅੱਜ ਇਹ ਫੀ ਡੋਗਸ ਨਾਲ ਕਰ ਸਕਦਾ ਤਾਂ ਬੱਚਿਆਂ ਨਾਲ ਕੋਈ ਉਹ ਗੱਲ ਉਹ ਦਿਨ ਦੂਰ ਨਹੀਂ, ਹੋ ਸਕਦਾ ਕਿਸੇ ਨਾਲ ਕੀਤਾ ਵੀ ਹੋਵੇ। ਉਹ ਹੁਣ ਜਦੋਂ ਪੁਲਿਸ ਆਪਣੀ ਤਫਤੀਸ਼ ਕਰੇਗੀ ਸ਼ਾਇਦ ਉਹਦੇ 'ਚ ਆ ਵੀ ਜਾਵੇ ਵੀ ਹੋਰ ਕਿਸੇ ਕਿਤੇ ਨਾ ਕੀਤਾ ਨੇ ਇਹ ਗੱਲ ਗਲਤ ਕੰਮ, ਅਤੇ ਸਾਰਾ ਕੁਝ ਸਾਹਮਣੇ ਆ ਜਾਣਾ। ਇਹਦੇ 'ਤੇ ਸਰ ਦੇਖੋ ਐਨੀਮਲ ਕਰੂਲਟੀ ਦੇ ਸੈਕਸ਼ਨ ਤਾਂ ਲੱਗਣੇ ਹੀ ਲੱਗਣੇ ਨੇ, ਆਈ ਪੀ ਸੀ 428 ਸੈਕਸ਼ਨ 11A, ਅਤੇ ਇੱਕ ਜਿਹੜੇ ਜਿਹੜੇ ਗਲਤ ਕੰਮ ਕੀਤਾ ਰੇਪ ਕਰ ਕੀਤੀ ਆ ਕੁੱਤੇ ਦੀ, ਉਹਦੇ 'ਚ 377 ਆਈ ਪੀ ਸੀ ਦੀ ਧਾਰਾ ਲੱਗਦੀ ਹੈ ਜੀ। ਬਾਕੀ ਇਹ ਹੈ ਪ੍ਰਸ਼ਾਸਨ 'ਤੇ ਸਾਨੂੰ ਉਮੀਦ ਤਾਂ ਬੜੀ ਹੈ, ਪਰ ਪਿੱਛੇ ਵੀ ਹਜੇ 2-3 ਐਨੀਮਲਸ ਦੇ ਮਾਮਲੇ ਨੇ ਜਿਹੜੇ ਬੜੇ। ਲੁਧਿਆਣਾ ਕਮਿਸ਼ਨਰੇਟ ਨੂੰ ਵੀ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ, ਦੇਖੋ ਬੇਜ਼ੁਬਾਨਾਂ 'ਤੇ ਬੜਾ ਅੱਤਿਆਚਾਰ ਹੋ ਰਿਹਾ ਜੀ ਲੁਧਿਆਣੇ ਦੇ ਵਿੱਚ, ਲੇਕਿਨ ਕੋਈ ਵੀ ਸੀਰੀਅਸਲੀ ਨਹੀਂ ਲੈਂਦਾ, ਇਹਨੂੰ ਬੜੇ ਲਾਈਟਲੀ ਲੈਂਦੇ ਨੇ। ਜਦ ਇਹੀ ਕੰਮ ਇਹ ਸ਼ੁਰੂਆਤ ਐਨੀਮਲਸ ਤੋਂ ਹੁੰਦੀ ਹੈ, ਕਰਦੇ ਕਰਦੇ ਹਿਊਮਨਸ 'ਤੇ ਪਹੁੰਚ ਜਾਂਦੇ ਨੇ ਇਹੋ ਜਿਹੇ ਕ੍ਰਾਈਮ। ਇਹ ਜਦੋਂ ਜੇ ਹੁਣੇ ਹੀ ਇਹਨੂੰ ਠੱਲ ਪਾਈ ਜਾਵੇ ਤਾਂ ਹੋ ਸਕਦਾ ਹਿਊਮਨਸ ਦੇ ਵਿੱਚ ਵੀ ਇਹੋ ਜਿਹੇ ਕ੍ਰਾਈਮ ਨਾ ਹੋਣ। ਜੇ ਅੱਜ ਇਹ ਛੋਟੇ ਕੁੱਤੇ ਦਾ ਰੇਪ ਕਰ ਸਕਦਾ, ਕੱਲ੍ਹ ਨੂੰ ਬੱਚੀ ਦਾ ਰੇਪ ਕਰਨਾ ਇਹਦੇ ਲਈ ਕੋਈ ਵੱਡੀ ਗੱਲ ਨਹੀਂ। ਪਰਚਾ ਦਰਜ ਹੁੰਦੇ ਸਰ ਸਜ਼ਾ ਇਹਦੀ ਕਿੰਨੀ ਹੁੰਦੀ? ਦੇਖੋ ਜੀ ਇਹਦੇ 'ਚ 10 ਸਾਲ ਦੀ ਸਜ਼ਾ ਜੀ ਜੇ ਉਹਦਾ ਕੀ ਕਹਿੰਦੇ ਨੇ 377 ਦੇ ਵਿੱਚ, ਬਾਕੀ 5 ਸਾਲ ਦੀ ਐਨੀਮਲ ਕਰੂਲਟੀ ਐਕਟ ਦੇ ਅਧੀਨ ਜਿਹੜਾ ਆਈ ਪੀ ਸੀ ਦੀਆਂ ਧਾਰਾ ਨੇ ਉਹਦੇ 'ਚ ਸਜ਼ਾ ਜੀ। ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ? ਦੇਖੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ, ਇਹਨੂੰ ਹਿਰਾਸਤ ਵਿੱਚ ਲਿੱਤਾ ਜਾਵੇ ਅਤੇ ਪਰਦੀ ਕਾਰਵਾਈ ਦੇ ਅਧੀਨ ਪਰਚਾ ਦਿੱਤਾ ਜਾਵੇ, ਅਤੇ ਇਹਨੂੰ ਜਿਹੜੀ ਹੈ ਰਿਮਾਂਡ ਦੇ ਵਿੱਚ ਲੈ ਕੇ ਇਹਦੇ ਕੋਲ ਬਾਕੀ ਪੁੱਛਗਿੱਛ ਕੀਤੀ ਜਾਵੇ ਵੀ ਜਿਹੜੀ ਵੀ ਇਹਨੇ ਹੋਰ ਇਹੋ ਜਿਹੇ ਕੰਮ ਕੀਤੇ ਨੇ ਉਹ ਸਾਹਮਣੇ ਆ ਸਕੇ।